ਚੰਡੀਗੜ੍ਹ ਪੁਲਿਸ ਦਾ ਪੂਰੇ ਦੇਸ਼ ਵਿੱਚ ਨਾਮ ਹੈਗਾ। ਚੰਡੀਗੜ੍ਹ ਪੁਲਿਸ ਦੀ ਇਨਵੈਸਟੀਗੇਸ਼ਨ ਨੂੰ ਮੰਨਿਆ ਜਾਂਦਾ ਹੈ ਔਰ ਇਹ ਕਿਹਾ ਜਾਂਦਾ ਹੈ ਵੀ ਚੰਡੀਗੜ੍ਹ ਪੁਲਿਸ ਜਿਹੜੀ ਹੈ ਦੇਸ਼ 'ਚ ਸਭ ਤੋਂ ਵਧੀਆ ਪੁਲਿਸ ਹੈਗੀ ਹੈ। ਲੇਕਿਨ ਅਸੀਂ ਤੁਹਾਨੂੰ ਚੰਡੀਗੜ੍ਹ ਪੁਲਿਸ ਦਾ ਇੱਕ ਅਜਿਹਾ ਕਾਰਨਾਮਾ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ ਜਿਹਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਰੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ। 96% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕਾਂ 'ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ। ਸਰਕਾਰੀ ਹਸਪਤਾਲਾਂ 'ਤੇ ਬਰਡਨ ਬਹੁਤ ਘੱਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ, ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਜ਼ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਘ ਨੇ ਬਹੁਤ ਪਰੇਸ਼ਾਨ ਕਰਿਆ ਅਤੇ ਜੀ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦਵਾਈ ਲੈਂਦਾ ਰਿਹਾ, ਫਿਰ ਇੱਥੇ ਆ ਕੇ ਲਿੱਤੀ ਜੀ, ਟੈਸਟ ਫਰੀ ਹੋਇਆ, ਇੱਥੋਂ ਮੈਂ ਠੀਕ ਹੋ ਗਿਆ, ਹੁਣ ਮੈਂ ਠੀਕ ਹਾਂ ਬਿਲਕੁਲ। ਸ਼ਾਨਦਾਰ ਮੁਹੱਲਾ ਕਲੀਨਿਕ ਹੈ, ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ, ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ, ਟੋਟਲ ਪੇਪਰਲੈਸ ਹੈ। ਮਾਨ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕੀਤਾ, ਵਧੀਆ ਕੰਮ ਕਰਿਆ ਸਰਕਾਰ ਨੇ, ਗਰੀਬਾਂ ਦਾ ਭਲਾ ਕਰਤਾ। ਪੰਜਾਬੀ 'ਚ ਕਿਹਾ ਜਾਂਦਾ ਹੈ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਸੋ ਅਸੀਂ ਜਦੋਂ ਸਹੁੰ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟੌਪ ਕਲਾਸ ਦਾ ਇਲਾਜ ਹੋਵੇ। ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਆਸਾਨ ਨਹੀਂ ਕਰ ਰਿਹਾ ਤੁਹਾਡੇ 'ਤੇ, ਮੇਰਾ ਫਰਜ਼ ਹੈ ਜੀ। ਮੈਂ ਗੱਲ ਕਰ ਰਿਹਾ ਡਾਕਟਰ ਮੋਹਿਤ ਧਵਨ ਜੀ ਦੀ, ਜਿਹੜੇ ਕਿ ਡੈਂਟਿਸਟ ਹੈ ਚੰਡੀਗੜ੍ਹ 'ਚ, ਉਹਨਾਂ ਦੀ ਪ੍ਰੈਕਟਿਸ ਕਰਦੇ ਨੇ ਔਰ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਉਸ ਸਮੇਂ ਕਿਡਨੈਪ ਕੀਤਾ ਜਿਸ ਸਮੇਂ ਉਹ ਹਾਈਕੋਰਟ, ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਰਡਰ 'ਤੇ ਉਹ ਐਵੀਡੈਂਸ ਜਿਹੜਾ ਚੰਡੀਗੜ੍ਹ ਡਿਸਟ੍ਰਿਕਟ ਕੋਰਟ ਵਿੱਚ ਜਮ੍ਹਾਂ ਕਰਵਾਉਣ ਜਾ ਰਹੇ ਸੀ, ਕਿਉਂਕਿ ਉਹ ਜਿਹੜਾ ਐਵੀਡੈਂਸ ਸੀਗਾ ਉਹ ਚੰਡੀਗੜ੍ਹ ਪੁਲਿਸ ਦੇ ਖਿਲਾਫ ਸੀਗਾ, ਜਿਸ ਕਰਕੇ ਡਾਕਟਰ ਮੋਹਿਤ ਧਵਨ ਨੂੰ ਚੰਡੀਗੜ੍ਹ ਪੁਲਿਸ ਨੇ ਕੋਰਟ ਦੇ ਬਾਹਰੋਂ ਜਿਹੜਾ ਹੈ ਉਹ ਕਿਡਨੈਪ ਕਰ ਲਿੱਤਾ, ਉਹਨਾਂ ਨੂੰ ਹਰਾਸ਼ ਕੀਤਾ, ਉਹਨਾਂ ਦੇ ਖਿਲਾਫ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ, ਸਿਰਫ ਇਸ ਕਰਕੇ ਕਿ ਚੰਡੀਗੜ੍ਹ ਪੁਲਿਸ ਜਿਹੜੇ ਚੰਡੀਗੜ੍ਹ ਪੁਲਿਸ ਦੇ ਖਿਲਾਫ ਉਹ ਐਵੀਡੈਂਸ ਜਿਹੜਾ ਕੋਰਟ 'ਚ ਪੇਸ਼ ਨਾ ਕਰ ਸਕਣ, ਜਿਸ ਕਰਕੇ ਹਾਈ ਕੋਰਟ ਨੇ ਇਸ ਨੂੰ ਬੜਾ ਸੀਰੀਅਸਲੀ ਲਿੱਤਾ ਅਤੇ ਪੰਜਾਬ ਪੁਲਿਸ ਨੂੰ ਕਿਹਾ ਕਿ ਇੱਕ ਸਿੱਟ ਬਣਾ ਕੇ ਇਹ ਪੂਰਾ ਕੇਸ ਇਨਵੈਸਟੀਗੇਟ ਕਰੋ ਔਰ ਚੰਡੀਗੜ੍ਹ ਪੁਲਿਸ ਦੇ ਖਿਲਾਫ FIR ਦਰਜ ਕਰੋ। ਪਰ ਚੰਡੀਗੜ੍ਹ ਪੁਲਿਸ ਸੁਪਰੀਮ ਕੋਰਟ ਚਲੀ ਗਈ, ਸੁਪਰੀਮ ਕੋਰਟ ਤੋਂ ਸਟੇਅ ਲੈ ਲਿਆ, ਹੁਣ ਉਹ ਜਿਹੜਾ ਸੁਪਰੀਮ ਕੋਰਟ ਨੇ ਸਟੇਅ ਤੋੜਦੇ ਹੋਏ CBI ਨੂੰ ਪੂਰਾ ਮੈਟਰ ਜਿਹੜਾ ਟ੍ਰਾਂਸਫਰ ਕਰ ਦਿੱਤਾ। ਸਾਡੇ ਨਾਲ ਡਾਕਟਰ ਮੋਹਿਤ ਧਵਨ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ ਪਹਿਲਾਂ ਤਾਂ ਸਵਾਗਤ ਹੈ। ਨਮਸਕਾਰ ਜੀ, ਥੈਂਕ ਯੂ। ਡਾਕਟਰ ਸਾਹਿਬ, ਮੈਂ ਜਿੱਦਾਂ ਗੱਲ ਕੀਤੀ ਹੈ ਵੀ ਤੁਸੀਂ ਚੰਡੀਗੜ੍ਹ ਪੁਲਿਸ ਦੇ ਖਿਲਾਫ ਹਾਈ ਕੋਰਟ ਦੇ ਆਰਡਰ 'ਤੇ ਚੰਡੀਗੜ੍ਹ ਡਿਸਟ੍ਰਿਕਟ ਕੋਰਟ ਵਿੱਚ ਐਵੀਡੈਂਸ ਜਮ੍ਹਾਂ ਕਰਵਾਉਣ ਜਾ ਰਹੇ ਸੀ ਜਿਸ ਸਮੇਂ ਤੁਹਾਨੂੰ ਕਿਡਨੈਪ ਕੀਤਾ ਗਿਆ। ਸਰ ਪਹਿਲਾਂ ਤਾਂ ਮੈਂ ਨਾ ਕਲੈਰੀਫਾਈ ਕਰਨਾ ਚਾਹੁੰਦਾ ਕਿ ਮੈਂ ਬਾਈ ਐਂਡ ਲਾਰਜ ਇਹ ਕੇਸ ਚੰਡੀਗੜ੍ਹ ਪੁਲਿਸ ਦੇ ਖਿਲਾਫ ਨਹੀਂ ਹੈ ਜੀ, ਪਰ ਜਿੱਦਾਂ ਤੁਸੀਂ ਕਿਹਾ ਕਿ ਚੰਡੀਗੜ੍ਹ ਪੁਲਿਸ ਇੱਕ ਵਨ ਆਫ ਦਾ ਬੈਸਟ ਫੋਰਸ ਹੈ ਇੱਥੇ, ਬਟ ਇਹ ਹਰ ਇੱਕ ਫੋਰਸ ਜੀ, ਕੁਛ ਐਸੇ ਲੋਕ ਨੇ, ਕੁਛ ਐਸੇ ਕਾਰਟਲ ਮੈਂਬਰਸ ਨੇ ਜਿਹੜੇ ਕਿ ਫੋਰਸ ਨੂੰ ਬਦਨਾਮ ਕਰਨ ਦਾ ਕੰਮ ਕਰਦੇ ਆ, ਉਸੇ ਤਰ੍ਹਾਂ ਕੁਛ ਬਲੈਕ ਸ਼ੀਪਸ ਜਿਹੜੀਆਂ ਨੇ ਉਹ ਚੰਡੀਗੜ੍ਹ ਪੁਲਿਸ 'ਚ ਵੀ ਨੇ ਜੀ। ਉਹਨਾਂ ਦਾ ਰਿਕਾਰਡ ਚੈੱਕ ਕਰੋ ਔਰ ਰਿਪੀਟਿਡ ਓਫੈਂਡਰਸ ਨੇ, ਹਰ ਵਾਰ ਕੁਛ ਇਸ ਤਰ੍ਹਾਂ ਦੇ ਚੁਣਿੰਦਾ ਪੁਲਿਸ ਆਫਿਸਰਸ ਨੇ, ਜੇ ਉਹ ਕੋਈ ਪੇਪਰ ਲੀਕ ਕੇਸ ਹੈ, ਕੋਈ
ਡਰੱਗ ਪਲਾਂਟ ਦਾ ਕੇਸ ਹੈ ਕਿਸੇ 'ਤੇ, ਹਰ ਵਾਰ ਇੱਕੋ ਉਹਨਾਂ ਹੀ ਪੁਲਿਸ ਆਫਿਸਰਸ ਦਾ ਨਾਮ ਸਾਹਮਣੇ ਆ ਰਿਹਾ। ਅਨਫੋਰਚੁਨੇਟਲੀ ਮੈਂ ਵੀ ਉਹਨਾਂ ਦੇ ਕੇਸ 'ਚ, ਮੈਂ ਵੀ ਉਹਨਾਂ ਦਾ ਵਿਕਟਿਮ ਬਣ ਗਿਆ। ਹੁਣ ਹੋਇਆ ਕੀ ਕਿ ਇਸ ਕਾਟਲ ਦੇ ਤਹਿਤ ਇਹਨਾਂ ਨੇ ਕੁਛ ਹਜ਼ਾਰਡਸ, ਮੈਨੂੰ ਝੂਠੇ ਕੇਸਾਂ 'ਚ ਫਸਾਉਣ ਦੀ ਕੋਸ਼ਿਸ਼ ਕੀਤੀ, ਐਵੀਡੈਂਸ ਪਲਾਂਟ ਕਰਨ ਦੀ ਕੋਸ਼ਿਸ਼ ਕੀਤੀ, ਮੈਨੂੰ ਬਾਰ ਬਾਰ ਸੈਟਲਮੈਂਟ ਲਈ ਦਿੱਲੀ ਗੋਲਫ ਕਲੱਬ ਜਾਣ ਨੂੰ ਕਹਿ ਰਹੇ ਸੀ ਇੱਕ ਸੀਨੀਅਰ ਪੁਲਿਸ ਆਫਿਸਰ ਨੇ, ਰਾਕੇਸ਼ ਅਸਾਨਾ, ਮੈਨੂੰ ਉਹਨਾਂ ਨਾਲ ਮਿਲਣ ਲਈ ਕਹਿ ਰਹੇ ਸੀ। ਜਿਹੜਾ ਨਾਮ ਲਿੱਤਾ, ਇਹ ਸੀਬੀਆਈ ਦੇ ਡਾਇਰੈਕਟਰ ਰਹੇ ਨੇ, ਇਹ ਉਹਨਾਂ ਦੀ ਗੱਲ ਕਰ ਰਹੇ? ਬਿਲਕੁਲ ਬਿਲਕੁਲ, ਇੱਕ ਫਾਰਮਰ ਡਾਇਰੈਕਟਰ ਸੀਗੇ ਸੀਬੀਆਈ ਦੇ, ਸਪੈਸ਼ਲ ਡਾਇਰੈਕਟਰ ਸੀ। ਮੈਂ ਉਹਨਾਂ ਦੇ ਖਿਲਾਫ ਕਾਫੀ ਕੰਪਲੇਂਟਸ ਕੀਤੀਆਂ। ਐਜ਼ ਅ ਰਿਜ਼ਲਟ ਕੀ ਹੋ ਰਿਹਾ ਸੀ ਕਿ ਮੈਨੂੰ ਇਹੀ ਕਾਟਲ ਦੇ ਮੈਂਬਰਸ ਮੈਨੂੰ ਪ੍ਰੈਸ਼ਰਾਈਜ਼ ਕਰ ਰਹੇ ਸੀ ਸੈਟਲ ਕਰਨ ਲਈ। ਮੈਂ ਮਾਨਯੋਗ ਹਾਈਕੋਰਟ ਦੇ ਅੱਗੇ, ਮਾਨਯੋਗ ਸੁਪਰੀਮ ਕੋਰਟ ਦੇ ਅੱਗੇ ਮੈਂ ਉਹ ਟ੍ਰਾਂਸਕ੍ਰਿਪਟਸ ਵੀ ਰੱਖੀਆਂ ਜਿਹਦੇ 'ਚ ਜਿਹੜੇ ਸਰਕਾਰੀ ਵਕੀਲ ਨੇ ਚਰਨਜੀਤ ਸਿੰਘ ਬਖਸ਼ੀ, ਉਹ ਮੈਨੂੰ ਕਹਿ ਰਹੇ ਸੀ ਕਿ ਜੀ ਤੁਹਾਨੂੰ ਵਿਕਟਮਾਈਜ਼ ਕਰ ਰਹੇ ਆ, ਤੁਹਾਡੀ ਫੈਮਿਲੀ ਨੂੰ ਵਿਕਟਮਾਈਜ਼ ਕਰ ਰਹੇ, ਤੁਸੀਂ ਦਿੱਲੀ ਗੋਲਫ ਕਲੱਬ ਜਾਓ, ਉੱਥੇ ਮੈਟਰ ਨੂੰ ਤੁਹਾਨੂੰ ਐਮੀਕੇਬਲੀ ਸੈਟਲ ਕਰ ਰਹੇ, ਸਾਨੂੰ ਬਹੁਤ ਬੁਰਾ ਲੱਗ ਰਿਹਾ। ਅਤੇ ਮੈਂ ਮਾਨਯੋਗ ਸੁਪਰੀਮ ਕੋਰਟ ਦੇ ਅੱਗੇ, ਮਾਨਯੋਗ ਹਾਈਕੋਰਟ ਦੇ ਅੱਗੇ ਮੈਂ ਇਹ ਸਾਰਾ ਕੁਛ ਰੱਖਿਆ ਕਿ ਜੀ ਦੇਖੋ ਇਹ ਕਾਟਲ ਮੈਂਬਰਸ ਨੇ। ਅਤੇ ਹਾਈਕੋਰਟ ਨੇ ਮੈਨੂੰ ਕਿਹਾ, ਇੰਸਟਰਕਸ਼ਨਸ ਦਿੱਤੀਆਂ ਕਿ ਆਰਡਰਸ ਕੀਤੇ ਕਿ ਜੀ ਮੈਂ ਇਹ ਸਾਰਾ ਕੁਛ ਇਲਾਕਾ ਮੈਜਿਸਟਰੇਟ ਦੇ ਅੱਗੇ ਇਨਵੈਸਟੀਗੇਸ਼ਨ 'ਚ ਮੈਂ ਪੇਸ਼ ਹੋਵਾਂ। ਹੁਣ ਉਹ ਕਹਿੰਦੇ ਨੇ ਚੋਰ ਦੀ ਦਾੜੀ 'ਚ ਤਿਨਕਾ, ਇਹਨਾਂ ਨੂੰ ਇਹ ਲੱਗਿਆ ਕਿ ਮੈਂ ਇਨਵੈਸਟੀਗੇਸ਼ਨ ਜੁਆਇਨ ਕਰਾਂਗਾ ਔਰ ਮੈਂ ਇਹ ਸਾਰੇ ਸਬੂਤ ਇਲਾਕਾ ਮੈਜਿਸਟਰੇਟ ਨੂੰ ਦਊਂਗਾ, ਔਰ ਇਹ ਮੈਨੂੰ ਸਾਰੇ ਸਬੂਤ ਦੇਣ ਤੋਂ ਰੋਕਣ ਲਈ ਇਹਨਾਂ ਨੇ ਮੈਨੂੰ ਡਿਸਟ੍ਰਿਕਟ ਕੋਰਟ ਪ੍ਰੈਮਿਸਿਸ ਤੋਂ ਕਿਡਨੈਪ ਕਰ ਲਿਆ। ਦਿਨ ਭਰ ਚੰਡੀਗੜ੍ਹ 'ਚ ਗੱਡੀ 'ਚ ਬਿਠਾ ਕੇ ਗੱਡੀ 'ਚ ਘੁਮਾਉਂਦੇ ਰਹੇ। ਚੰਡੀਗੜ੍ਹ ਪੁਲਿਸ ਦੀ ਗੱਡੀ? ਚੰਡੀਗੜ੍ਹ ਪ੍ਰਾਈਵੇਟ ਕਾਰ ਸੀ। ਓਕੇ, ਪ੍ਰਾਈਵੇਟ ਕਾਰ ਸੀ, I-20 ਘੁਮਾਉਂਦੇ ਰਹੇ। ਇਹਨਾਂ ਨੇ ਦੋ ਟੀਮਾਂ ਬਣਾਈਆਂ, ਇੱਕ ਟੀਮ ਚਾਰ ਲੋਕ ਮੇਰੇ ਨਾਲ ਮੈਨੂੰ ਜ਼ਬਰਦਸਤੀ ਗੱਡੀ 'ਚ ਬਿਠਾ ਕੇ ਘੁੰਮਦੇ ਰਹੇ, ਇੱਕ ਟੀਮ ਬੀ ਜਿਹੜੀ ਕੋਆਰਡੀਨੇਟ ਕਰ ਰਹੀ ਸੀ, ਜਿਹਦੇ 'ਚ ਇੰਸਪੈਕਟਰ ਸੇਖੋ, ਇੰਸਪੈਕਟਰ ਸੁਰੇਸ਼, ਚਰਨਜੀਤ ਸਿੰਘ ਬਖਸ਼ੀ ਵਕੀਲ, ਔਰ ਮੇਰੇ ਖਿਆਲ ਇੱਕ ਹੈੱਡ ਕੋਂਸਟੇਬਲ ਨੀਰਜ, ਇਹ ਕੋਰਟ 'ਚ ਮੌਜੂਦ ਹੋ ਗਏ। ਇੱਕ ਪਾਸੇ ਮੈਨੂੰ ਕਿਡਨੈਪ ਕਰ ਲਿਆ, ਦੂਸਰੇ ਪਾਸੇ ਇਹ ਟੀਮ ਬੀ ਜਿਹੜੀ ਹੈ ਕੋਰਟ 'ਚ ਬਿਆਨ ਦਿੰਦੀ ਰਹੀ ਕਿ ਜੀ 11 ਵੱਜ ਗਏ, ਡਾਕਟਰ ਸਾਹਿਬ ਨੂੰ ਇਨਵੈਸਟੀਗੇਸ਼ਨ ਜੁਆਇਨ ਕਰਨ ਦਾ ਟਾਈਮ 11 ਵਜੇ ਸੀ ਐਜ਼ ਪਰ ਹਾਈ ਕੋਰਟ ਆਰਡਰ, ਇਹ ਆਏ ਨਹੀਂ। ਫਿਰ 2 ਵਜੇ ਫਿਰ ਐਪਲੀਕੇਸ਼ਨ ਮੂਵ ਕੀਤੀ ਕਿ ਜੀ ਹਾਈ ਕੋਰਟ ਦੇ ਆਰਡਰ ਸੀ, ਇਹ ਆਏ ਨਹੀਂ। ਬੜਾ ਪਲੈਨਿੰਗ ਵੇ ਨਾਲ ਚੱਲ ਰਹੇ ਸੀ। ਮੈਂ ਇਹ ਇੱਕ ਮੈਂ ਜਿਵੇਂ ਸ਼ੁਰੂਆਤ 'ਚ ਕਿਹਾ ਕਿ ਇਹ ਬਲੈਕ ਸ਼ੀਪ ਨੇ ਚੰਡੀਗੜ੍ਹ ਪੁਲਿਸ ਦੇ, ਜਿਹੜੇ ਪੂਰੇ ਦੇਸ਼ 'ਚ ਚੰਡੀਗੜ੍ਹ ਪੁਲਿਸ ਦਾ ਨਾਮ ਬਦਨਾਮ ਕਰ ਰਹੇ। ਬਿਲਕੁਲ, ਐਂਡ ਦੇ ਆਰ ਇਨਵੋਲਵਡ ਇਨ ਆਰਗਨਾਈਜ਼ਡ ਕ੍ਰਾਈਮ, ਹਰ ਵਾਰ ਸਬੂਤ ਮਿਟਾਉਂਦੇ ਆ। ਬਿਕੋਜ਼ ਪਲੀਜ਼ ਦੇਖੋ ਕਿ ਮਾਨਯੋਗ ਸੁਪਰੀਮ ਕੋਰਟ ਦੇ ਸਾਹਮਣੇ ਕੀ ਆਇਆ, ਇਹ ਨੋਰਮਲ ਸਰਕਮਸਟਾਂਸਿਸ ਨਹੀਂ ਹੈ। ਨੋਰਮਲ ਸਰਕਮਸਟਾਂਸਿਸ 'ਚ ਕੋਈ ਕ੍ਰਿਮੀਨਲ ਗਲਤੀ ਕਰੇਗਾ, ਐਰਰ ਛੱਡੇਗਾ, ਦੇ ਆਰ ਹਾਈਲੀ ਆਰਗਨਾਈਜ਼ਡ ਕ੍ਰਿਮੀਨਲਸ। ਡਰੱਗਸ ਪਲਾਂਟ ਕਰਨਾ, ਮੇਰੇ ਖਿਆਲ ਆਲਰੇਡੀ 3 CBI FIR, 2 CBI FIRs 'ਚ ਨਾਮਜ਼ਦ ਨੇ, ਇਹ ਥਰਡ ਇੰਸਟੈਂਸ ਹੈ। ਦੇਰ ਆਰ ਰਿਪੀਟਿਡ ਇੰਸਟੈਂਸਿਸ, ਕਿਸੇ ਨੂੰ ਕਸਟਡੀ 'ਚ ਕਰੰਟ ਦਿੱਤਾ, ਕਿਸੇ ਨੂੰ ਟੋਰਚਰ ਕੀਤਾ, ਬਾਰ ਬਾਰ ਇਸੇ ਕਾਟਲ ਦਾ ਨਾਮ ਆਉਂਦਾ।
ਤੇ ਜਦੋਂ ਮਾਨਯੋਗ ਸੁਪਰੀਮ ਕੋਰਟ ਨੇ ਦੇਖਿਆ ਕਿ ਇਹ ਤਾਂ ਬਹੁਤ ਪਲੈਨਡ ਔਰ ਆਰਗੇਨਾਈਜ਼ਡ ਮੈਨਰ ਨਾਲ ਚੱਲ ਰਿਹਾ ਸਾਰਾ ਕੁਝ, ਫਿਰ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਕਿ ਦਿਸ ਰਿਕੁਆਇਰਸ ਡਿਟੇਲਡ ਇਨਵੈਸਟੀਗੇਸ਼ਨ ਔਰ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਦੀ ਜ਼ਰੂਰਤ ਹੈ, ਜਿਹਦੇ ਕਰਕੇ ਮਾਨਯੋਗ ਸੁਪਰੀਮ ਕੋਰਟ ਨੇ ਇਹ ਸੁਪਰੀਮ CBI ਨੂੰ ਮੈਟਰ ਜਿਹੜਾ ਹੈਂਡਓਵਰ ਕਰ। ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਮੇਰੇ ਖਿਆਲ ਹਾਈ ਕੋਰਟ ਨੇ ਇਸ ਮੈਟਰ ਨੂੰ ਬੜਾ ਸੀਰੀਅਸਲੀ ਲਿੱਤਾ ਸੀ ਔਰ ਪੰਜਾਬ ਪੁਲਿਸ ਨੂੰ ਸ਼ਾਇਦ ਆਰਡਰ ਕੀਤਾ ਸੀ ਵੀ ਚੰਡੀਗੜ੍ਹ ਪੁਲਿਸ ਦੇ ਖਿਲਾਫ਼, ਜਾਂ ਜਿਹੜਾ ਤੁਸੀਂ ਗੈਂਗ ਦੀ ਗੱਲ ਕਰ ਰਹੇ ਹੋ, ਚੰਡੀਗੜ੍ਹ ਪੁਲਿਸ ਦੇ ਜਿਹੜੇ ਅਫਸਰਾਂ ਦਾ ਗੈਂਗ ਹੈ, ਵੀ ਇਹਨਾਂ ਦੇ ਖਿਲਾਫ਼ FIR ਦਰਜ ਕਰਕੇ ਇਨਵੈਸਟੀਗੇਟ ਕੀਤਾ ਜਾਵੇ। ਬਿਲਕੁਲ ਜੀ, ਪਹਿਲਾਂ ਹਾਈ ਕੋਰਟ, ਮਾਨਯੋਗ ਹਾਈ ਕੋਰਟ ਨੇ ਆਰਡਰਸ ਦਿੱਤੇ ਸੀ ਕਿ ਡਾਇਰੈਕਸ਼ਨਸ ਦਿੱਤੀਆਂ ਸੀ DGP ਪੰਜਾਬ ਨੂੰ ਕਿ DGP ਪੰਜਾਬ ਇੱਕ ਸਿੱਟ ਬਣਾਉਣਗੇ, ਉਹ ਸਿੱਟ 'ਚ ਚੰਡੀਗੜ੍ਹ ਪੁਲਿਸ ਆਫਿਸ਼ਲਸ ਦੀ ਇਨਵੈਸਟੀਗੇਸ਼ਨ ਹੋਏਗੀ, ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਏਗੀ। ਇਸ ਆਰਡਰ ਨੂੰ UT ਨੇ, UT ਐਡਮਿਨਿਸਟ੍ਰੇਸ਼ਨ ਨੇ ਸੁਪਰੀਮ ਕੋਰਟ 'ਚ ਚੈਲੇਂਜ ਕੀਤਾ। UT ਐਡਮਿਨਿਸਟ੍ਰੇਸ਼ਨ ਜਿਹੜੇ ਪੁਲਿਸ ਆਫਿਸ਼ਲਸ ਕਿਡਨੈਪਿੰਗ ਕਰ ਰਹੇ ਆ, ਜਿਹੜਾ ਮੈਂ ਕਾਟਲ ਦੀ ਗੱਲ ਕਰ ਰਿਹਾ, ਉਹਨਾਂ ਨੂੰ ਕਿਉਂ ਡਿਫੈਂਡ ਕਰ ਰਹੀ ਹੈ, ਇਹ ਤਾਂ ਸੀਨੀਅਰ ਅਫਸਰਸ ਦੱਸਣਗੇ ਕਿ UT ਐਡਮਿਨਿਸਟ੍ਰੇਸ਼ਨ ਕਿਉਂ ਗਈ। ਬਟ ਐਨੀਵੇਸ, UT ਐਡਮਿਨਿਸਟ੍ਰੇਸ਼ਨ ਨੇ ਇਸ ਆਰਡਰ ਨੂੰ ਚੈਲੇਂਜ ਕੀਤਾ। ਇਹਨਾਂ ਨੇ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਬਹੁਤ ਜਗ੍ਹਾ ਮਿਸਗਾਈਡ ਕਰਨ ਦੀ ਕੋਸ਼ਿਸ਼, ਮਿਸਲੀਡ ਕਰਨ ਦੀ ਕੋਸ਼ਿਸ਼ ਕੀਤੀ। ਮਾਨਯੋਗ ਸੁਪਰੀਮ ਕੋਰਟ ਨੇ ਦੇਖਿਆ ਕਿ ਇਹ ਸੀਰੀਅਸ ਇਸ਼ੂ ਹੈ ਅਤੇ ਇਹਦੀ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ CBI ਤੋਂ। ਉਹਨਾਂ ਨੇ CBI ਨੂੰ ਜਾਂਚ ਮੰਗ ਕਰਤੀ। ਡਾਕਟਰ ਸਾਹਿਬ, ਮੈਂ ਫਿਰ ਵਿੱਚ ਟੋਕ ਰਿਹਾ, ਜਿਹੜਾ ਪੰਜਾਬ ਪੁਲਿਸ ਨੂੰ ਸਿੱਟ ਬਣਾਉਣ ਲਈ ਕਿਹਾ ਸੀ, ਉਸ 'ਚੋਂ ਕਿਸ ਲੈਵਲ ਦੇ ਅਫਸਰ ਸ਼ਾਮਿਲ ਕਰਨ ਲਈ ਕਿਹਾ ਸੀਗਾ? ਮੇਰਾ ਖਿਆਲ ਬੜੇ ਸੀਨੀਅਰ ਅਫਸਰ, ਜੋ ਆਰਡਰ ਸੀਗੇ ਉਹ ਬੜਾ ਸੀਨੀਅਰ ਸੀਗਾ, ਕਿਉਂਕਿ ਉਸ ਤੋਂ ਪਤਾ ਚੱਲਦਾ ਹੈ ਵੀ ਕਿੰਨੀ ਕੁ ਵੱਡਾ ਇਹ ਮਾਮਲਾ। ਮਾਨਯੋਗ ਹਾਈ ਕੋਰਟ ਨੇ ਕਿਹਾ ਸੀ ਕਿ ਕੋਈ ਵੀ ਅਫਸਰ ਜਿਹੜਾ ਇਸ ਸਿੱਟ 'ਚ ਬੈਠੇਗਾ, ਉਹ SSP ਰੈਂਕ ਤੋਂ ਨੀਚੇ ਦਾ ਨਹੀਂ ਹੋਣਾ ਚਾਹੀਦਾ ਜੀ। DGP ਪੰਜਾਬ ਨੇ ਇੱਕ ਸਿੱਟ ਬਣਾਈ ਜਿਹਦੇ 'ਚ ਮੇਰੇ ਖਿਆਲ ਇੱਕ ADGP ਸਨ, ਇੱਕ IG ਸਨ ਅਤੇ ਇੱਕ SSP ਸੀਗੇ। ਉਸ ਤੋਂ ਬਾਅਦ ਮਾਨਯੋਗ ਸੁਪਰੀਮ ਕੋਰਟ ਨੇ ਆਨਰੇਬਲ ਹਾਈ ਕੋਰਟ ਦਾ ਆਰਡਰ ਅਪਹੈਲਡ ਕੀਤਾ ਜੀ। ਉਹਨਾਂ ਨੇ ਜਿਹੜਾ ਬਾਕੀ ਹਾਈ ਕੋਰਟ ਦੀਆਂ ਸਾਰੀਆਂ ਫਾਈਂਡਿੰਗ ਸੀਗੀਆਂ ਉਹਨਾਂ ਨੂੰ ਅਪਹੈਲਡ ਕੀਤਾ, ਸਿਰਫ ਜਿਹੜਾ ਤਫਤੀਸ਼ ਵਾਲਾ ਮਸਲਾ ਹੈ, ਜਿੱਥੇ ਮਾਨਯੋਗ ਹਾਈ ਕੋਰਟ ਨੇ ਕਿਹਾ ਸੀ ਕਿ ਪੰਜਾਬ ਤਫਤੀਸ਼ ਕਰੇਗੀ, ਉਹਦੇ ਬਜਾਏ ਉਹਨਾਂ ਨੇ CBI ਨੂੰ ਦਿੱਤਾ। ਅਤੇ ਇਹ ਹੁਣ ਦੇਖਣਾ ਹੈ ਕਿ ਡਾਇਰੈਕਟਰ CBI ਜਿਹੜੇ ਸੀਨੀਅਰ ਆਫਿਸਰਸ ਨੇ CBI ਦੇ, ਕੀ ਪ੍ਰੋਸੀਜਰ। ਡਾਕਟਰ, ਮੈਂ ਫਿਰ ਵਿੱਚ ਟੋਕ ਰਿਹਾ, ਜਿਹੜਾ ਹਾਈ ਕੋਰਟ ਨੇ ਆਰਡਰ ਕੀਤਾ ਸੀ ਪੰਜਾਬ ਪੁਲਿਸ ਨੂੰ ਵੀ ਇੱਕ ਸਿੱਟ ਬਣਾਈ ਜਾਵੇ, ਔਰ ਉਹ ਕਿਹੜੇ ਚੰਡੀਗੜ੍ਹ ਦੇ ਕਿਹੜੇ ਕਿਹੜੇ ਪੁਲਿਸ ਕਰਮਚਾਰੀ ਸੀ ਜਾਂ ਅਫਸਰ ਸੀ ਜਿਨ੍ਹਾਂ ਦੇ ਖਿਲਾਫ FIR ਦਰਜ ਕਰਨ ਲਈ ਕਿਹਾ ਗਿਆ ਸੀ? ਦੇਖੋ ਜੀ, ਮਾਨਯੋਗ ਹਾਈ ਕੋਰਟ ਨੇ ਪਹਿਲਾਂ ਤਾਂ ਇਹ ਟਿੱਪਣੀ ਦਿੱਤੀ ਸੀ ਜੀ ਕਿ ਇਹ ਇੱਕ ਇਸ ਤਰ੍ਹਾਂ ਦਾ ਕੇਸ ਹੈ ਜੀ ਵਿਚ ਹੈਜ਼ ਦਾ ਪੋਟੈਂਸ਼ੀਅਲ ਟੂ ਸ਼ੇਕ ਦਾ ਕੋਨਫੀਡੈਂਸ ਆਫ ਆਰ ਕਾਮਨ ਮੈਨ ਇਨ ਜੁਡੀਸ਼ੀਅਲ ਸਿਸਟਮ ਜੀ। ਮਤਲਬ ਇੱਕ ਆਮ ਇਨਸਾਨ ਦਾ ਜੁਡੀਸ਼ੀਅਲ ਸਿਸਟਮ ਤੇ ਫੇਥ ਹਲਾਉਣ ਵਾਲਾ ਇਹ ਕੇਸ ਹੈ ਜੀ। ਪ੍ਰਾਈਮਰਲੀ ਇਸ ਹਾਈਕੋਰਟ, ਜਿਹੜੇ ਹਾਈਕੋਰਟ ਆਰਡਰ ਸੀਗੇ ਉਹਦੇ 'ਚ ਮੇਰੇ ਖਿਆਲ 9 ਜਾਂ 10 ਪੁਲਿਸ ਕਰਮੀ ਸ਼ਾਮਿਲ ਸਨ, ਇੰਸਪੈਕਟਰ ਸੇਖੋਂ, ਸਬ ਇੰਸਪੈਕਟਰ ਸੁਰੇਸ਼, ਕੋਂਸਟੇਬਲ ਪਵਨ ਨੇ,
ਜਿਨ੍ਹਾਂ ਨੂੰ ਮੇਰੇ ਖਿਆਲ ਹੁਣ ਡਿਪਾਰਟਮੈਂਟ ਨੇ ਡਿਸਮਿਸ ਕਰਤਾ ਕਿਸੇ ਹੋਰ ਕੇਸ 'ਚ, CBI FIR 'ਚ, CBI FIR ਜਿਹਦੇ 'ਚ ਮੇਰੇ ਖਿਆਲ ਰਿਸ਼ਵਤ ਦਾ ਕੋਈ ਮਸਲਾ ਹੈ। ਬਿਲਕੁਲ। ਹੈੱਡ ਕਾਂਸਟੇਬਲ ਅਨਿਲ ਨੇ, ਕਾਂਸਟੇਬਲ ਵਿਕਾਸ ਹੁੱਡਾ ਨੇ, ASI ਅਜਮੇਰ ਸਿੰਘ ਨੇ, ਕਾਂਸਟੇਬਲ ਸੁਭਾਸ਼ ਨੇ, ਕਾਂਸਟੇਬਲ ਨੀਰਜ ਨੇ, ਮੇਰੇ ਖਿਆਲ ਇੱਕ ਦੋ ਹੋਰ ਅਫਸਰ ਨੇ ਜਿਹੜੇ ਇਹ ਸ਼ਾਮਿਲ ਨੇ। ਹੁਣ ਜਿੱਦਾਂ ਜਿੱਦਾਂ CBI ਤਫਤੀਸ਼ ਕਰੇਗੀ, ਕਿਉਂਕਿ ਇਸ ਕੇਸ 'ਚ ਇਸ ਤਰ੍ਹਾਂ ਦਾ ਵੀ ਇੰਸਟਾਂਸਿਸ ਨੇ ਜਿਹਦੇ 'ਚ ਕੋਰਟ ਰਿਕਾਰਡਸ ਨਾਲ ਵੀ ਛੇੜਾਖਾਨੀ ਕੀਤੀ ਗਈ ਹੈ। ਕਿਹੜਾ? ਡਿਸਟ੍ਰਿਕਟ ਕੋਰਟ ਦੇ? ਡਿਸਟ੍ਰਿਕਟ ਕੋਰਟ ਅਤੇ ਹਾਈ ਕੋਰਟ ਦੇ ਰਿਕਾਰਡ ਨਾਲ ਵੀ ਛੇੜਾਖਾਨੀ ਕੀਤੀ ਗਈ। ਕੋਰਟ ਫਾਈਲ ਨਾਲ ਛੇੜਾਖਾਨੀ ਕੀਤੀ ਗਈ। ਹਾਈ ਕੋਰਟ ਨੇ ਕਾਲ ਲੋਕੇਸ਼ਨਸ ਮੰਗੀਆਂ। ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬ ਦੇ ਸਾਹਮਣੇ ਫਾਈਲ ਪ੍ਰੈਜ਼ੈਂਟ ਹੋਈ, ਇੱਕ ਸੀਲਡ ਲਿਫਾਫੇ 'ਚ ਕਾਲ ਲੋਕੇਸ਼ਨਸ ਪ੍ਰੈਜ਼ੈਂਟ ਹੋਈਆਂ ਚੰਡੀਗੜ੍ਹ ਪੁਲਿਸ ਦੀਆਂ, ਚੰਡੀਗੜ੍ਹ ਪੁਲਿਸ ਅਫਸਰ ਦੀ, ਜਿਸ ਜਿਹੜੇ ਮੈਂ ਨਾਮ ਲੈ ਰਿਹਾ। ਜੱਜ ਸਾਹਿਬ ਨੇ ਸੀਲਡ ਇਨਵੈਲਪ ਖੋਲਿਆ ਔਰ ਆਰਡਰ ਤੇ ਲਿੱਤਾ ਕਿ ਆਈ ਫਾਈਂਡ ਇਟ ਨੋ ਰੀਜ਼ਨ ਕਿ ਇਹ ਸੀਲਡ ਲੋਕੇਸ਼ਨਸ ਜਿਹੜੀਆਂ ਇਹ ਸੀਲਡ ਲਿਫਾਫੇ 'ਚ ਰਹਿਣ। ਔਰ ਮੈਂ ਡਾਇਰੈਕਟ ਕਰਦਾ ਕਿ ਇਹਦੀ ਕਾਪੀ PP ਸਾਹਿਬ ਨੂੰ ਮਿਲੇ ਔਰ ਪਟੀਸ਼ਨਰ ਨੂੰ ਮਿਲ ਜਾਏ। ਸਬਸੀਕੁਐਂਟਲੀ PP ਸਾਹਿਬ ਔਰ ਬਾਕੀ ਇੰਸਪੈਕਸ਼ਨ ਫਾਈਲ ਕਰ ਦਿੰਦੇ ਆ, ਔਰ ਮੈਂ ਔਰ ਆਪਣੇ ਮੇਰੇ ਵਕੀਲ ਸਾਹਿਬ ਇੰਸਪੈਕਸ਼ਨ ਫਾਈਲ ਕਰ ਦਿੰਦੇ ਆ। ਉਹ ਮੇਰੇ ਤੋਂ ਪਹਿਲਾਂ ਇੰਸਪੈਕਸ਼ਨ ਕਰਦੇ ਔਰ ਬਾਅਦ 'ਚ ਮੈਂ ਇੰਸਪੈਕਸ਼ਨ ਕਰਨ ਜਾਂਦਾ ਅਤੇ ਉਹ ਲੋਕੇਸ਼ਨਾਂ ਰਿਕਾਰਡ ਦੇ ਹਾਈ ਕੋਰਟ ਦੇ ਰਿਕਾਰਡ ਤੋਂ ਗਾਇਬ ਹੋ ਜਾਂਦੀਆਂ। ਲਿਫਾਫਾ ਜਿਹੜਾ ਕਿ ਸੀਲ ਬੰਦ ਦਿੱਤਾ ਗਿਆ ਸੀ, ਸੀਲਡ ਲਿਫਾਫਾ ਸੀ ਜਿਹਦੇ ਅੰਦਰ ਲੋਕੇਸ਼ਨਾਂ ਸੀਗੀਆਂ, ਉਹ ਲੋਕੇਸ਼ਨਾਂ ਦਾ ਰਜਿਸਟਰ ਗਾਇਬ ਹੋ ਗਿਆ। ਉਹ ਪੂਰਾ ਉਹ ਗਾਇਬ ਲੋਕੇਸ਼ਨ ਰਜਿਸਟਰਸ ਉਹਨਾਂ ਨੂੰ ਕਹਿੰਦੇ ਆ। ਉਹ ਸੀਲਡ ਲਿਫਾਫੇ ਦੇ ਅੰਦਰ ਜਿਹੜੀਆਂ ਲੋਕੇਸ਼ਨਾਂ ਦਿੱਤੀਆਂ ਸੀ ਉਹ ਗਾਇਬ ਹੋ ਗਿਆ। ਹਾਈ ਕੋਰਟ ਨੇ ਇਸਦਾ ਬੜਾ ਸੀਰੀਅਸ ਮੈਟਰ ਲਿੱਤਾ ਹੋਣਾ ਵੀ ਹਾਈ ਕੋਰਟ ਦੀ ਫਾਈਲ 'ਚੋਂ ਕੋਈ ਕਾਗਜ਼ ਕੱਢ ਕੇ ਲੈ ਜਾਏ। ਮਜ਼ੇਦਾਰ ਚੀਜ਼ ਇਹ ਹੈ ਕਿ ਉਸ ਤੋਂ ਬਾਅਦ ਅਸੀਂ ਮਾਨਯੋਗ ਹਾਈ ਕੋਰਟ ਨੂੰ ਦੱਸਿਆ ਕਿ ਜੀ ਆਹ ਲਿਫਾਫੀ ਲੋਕੇਸ਼ਨ ਜਿਹੜੀਆਂ ਤੁਸੀਂ 24/2/2022 ਨੂੰ ਆਰਡਰ 'ਤੇ ਲਿੱਤੀਆਂ ਇਹ ਗਾਇਬ ਹੈ। UT ਚਰਨਜੀਤ ਸਿੰਘ ਬਖਸ਼ੀ, ਇੰਸਪੈਕਟਰ ਸੇਖੋਂ, ਇਹ ਸਾਰੇ ਇੱਕ ਹਲਫਨਾਮਾ ਐਫੀਡੈਵਿਟ ਫਾਈਲ ਕਰਦੇ ਆ ਕਿ ਜੀ ਲੋਕੇਸ਼ਨਾਂ ਤਾਂ ਲੱਗੀਆਂ ਹੋਈਆਂ। 5 ਜਨਵਰੀ ਨੂੰ ਜੱਜ ਸਾਹਿਬ ਮਾਨਯੋਗ ਹਾਈ ਕੋਰਟ ਕਹਿੰਦੀ ਹੈ ਕਿ ਦਿਖਾਓ ਲੋਕੇਸ਼ਨਾਂ ਕਿੱਥੇ। 5 ਜਨਵਰੀ ਨੂੰ ਆਰਡਰ 'ਚ ਐਡਮਿਟ ਕਰਦੇ ਹੈ ਕਿ ਜੀ ਅਸੀਂ ਤਾਂ ਲੋਕੇਸ਼ਨਾਂ ਦੇਣੀਆਂ ਭੁੱਲ ਗਏ। ਫਿਰ ਕਹਿੰਦੇ ਹੈ ਕਿ ਜੀ ਅਸੀਂ ਤਾਂ ਲੋਕੇਸ਼ਨਾਂ ਹਜੇ ਪ੍ਰੋਕਿਓਰ ਕਰ ਰਹੇ ਹਾਂ। 30 ਜਨਵਰੀ ਨੂੰ ਕਹਿੰਦੇ ਹੈ ਕਿ ਜੀ ਲੋਕੇਸ਼ਨਾਂ ਜਿਹੜੀਆਂ ਉਹ ਅਸੀਂ ਗੂਗਲ ਔਰ ਐਪਲ ਤੋਂ ਲੈ ਰਹੇ ਹਾਂ ਔਰ ਟੈਲੀਕਾਮ ਕੰਪਨੀਜ਼ ਤੋਂ ਲੈ ਰਹੇ ਹਾਂ। 14 ਫਰਵਰੀ ਨੂੰ ਕਹਿੰਦੇ ਹੈ ਕਿ ਜੀ ਹਜੇ ਮਿਲੀਆਂ ਨਹੀਂ ਹੈ। ਸੁਪਰੀਮ ਕੋਰਟ ਜਾ ਕੇ ਯੂ ਟਰਨ ਲੈ ਲੈਂਦੇ ਔਰ ਕਹਿੰਦੇ ਆ ਕਿ ਜੀ ਲੋਕੇਸ਼ਨਾਂ ਤਾਂ ਦਿੱਤੀਆਂ ਹੀ ਨਹੀਂ ਜਾ ਸਕਦੀਆਂ ਕਿਉਂਕਿ ਕਦੀ ਜਨਰੇਟ ਹੀ ਨਹੀਂ ਹੁੰਦੀਆਂ। ਹੁਣ ਮਾਨਯੋਗ ਸੁਪਰੀਮ ਕੋਰਟ ਨੇ ਅਣਗਿਣਤ ਫੈਸਲਿਆਂ 'ਚ ਲੋਕੇਸ਼ਨਾਂ ਮੰਗਵਾਈਆਂ, ਟਾਵਰ ਲੋਕੇਸ਼ਨਸ ਮੰਗਵਾਈਆਂ ਔਰ ਲੋਕੇਸ਼ਨਸ, ਅੱਜ ਕੱਲ੍ਹ ਤਾਂ ਟੈਕਨੋਲੋਜੀ ਇਸ ਤਰ੍ਹਾਂ ਦੀ ਹੈ ਕਿ ਲੈਟੀਟਿਊਡ, ਲੋਂਗੀਟਿਊਡਸ, ਫੋਨਸ, ਇਹਨਾਂ ਸਾਰਿਆਂ ਨਾਲ ਨਹੀਂ ਅਸੀਂ ਕ੍ਰਿਮੀਨਲ ਜਿੰਨੇ ਫੜਦੇ ਹਾਂ ਅਸੀਂ ਲੋਕੇਸ਼ਨਾਂ ਦੇ ਆਧਾਰ ਤੇ ਫੜਦੇ। ਅਗਰ ਇਹਨਾਂ ਨੇ ਕੁਝ ਗਲਤ ਕੀਤਾ ਨਹੀਂ ਸੀ ਤੇ ਲੋਕੇਸ਼ਨਸ ਛੁਪਾਉਣ ਲਈ ਇਹ ਸਭ ਕੁਝ ਕਰਨ ਦੀ ਕੀ ਜ਼ਰੂਰਤ ਸੀ?
ਮੈਂ ਹੁਣ ਇਹ ਸਾਰਾ ਮੈਟਰ ਜਿਹੜਾ ਸੀਬੀਆਈ ਦੇਖੇਗੀ ਵੀ ਇਹ ਲੋਕੇਸ਼ਨਾਂ ਕੀ ਸੀਗੀਆਂ, ਕਿਉਂ ਛਪਾਈਆਂ ਗਈਆਂ, ਜਾਂ ਜਿਹੜਾ ਮੈਂ ਹਾਈ ਕੋਰਟ 'ਚ ਟੈਂਪਰਿੰਗ ਹੋਈ ਹੈ ਇਹ ਵੀ ਸ਼ਾਇਦ ਸੀਬੀਆਈ ਦੇਖੇ। ਮੇਰੇ ਖਿਆਲ ਇਹ ਜਿਹੜਾ ਟੈਂਪਰਿੰਗ ਵਾਲਾ ਇਸ਼ੂ ਸੀ ਇਹ ਮਾਨਯੋਗ ਸੁਪਰੀਮ ਕੋਰਟ ਦੇ ਅੱਗੇ ਰੇਜ਼ ਹੋਇਆ, ਅਤੇ ਆਈ ਐਮ ਸ਼ੋਰ ਕਿ ਜੀ ਜਦੋਂ ਸੀਬੀਆਈ ਨੂੰ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਲਈ ਕਿਹਾ ਗਿਆ ਤਾਂ ਸੀਬੀਆਈ ਜਿਹੜੀ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੇਗੀ। ਥੈਂਕ ਯੂ ਡਾਕਟਰ ਸਾਹਿਬ। ਥੈਂਕ ਯੂ ਜੀ, ਥੈਂਕ ਯੂ। ਜਿੱਦਾਂ ਡਾਕਟਰ ਮੋਹਿਤ ਧਵਨ ਜੀ ਨੇ ਦੱਸਿਆ ਕਿ ਬੜੀ ਉਮੀਦ ਹੈਗੀ ਹੈ, ਕਿਉਂਕਿ ਇਹ ਜਿਹੜੀਆਂ ਕਾਲੀਆਂ ਭੇਡਾਂ ਹੈ ਇਹ ਪੂਰੇ ਡਿਪਾਰਟਮੈਂਟ ਦਾ ਜਿਹੜਾ ਮਤਲਬ ਕਿ ਡਿਪਾਰਟਮੈਂਟ ਦੀ ਜਿਹੜੀ ਆਪਾਂ ਕਹਿੰਦੇ ਹਾਂ ਇੱਜ਼ਤ ਜਿਹੜੀ ਹੈ ਉਹਨੂੰ ਖਰਾਬ ਕਰਨ ਲੱਗੇ ਹੋਏ ਨੇ। ਜਦੋਂ ਇਹਨਾਂ ਦੇ ਉੱਤੇ ਕਾਰਵਾਈ ਹੋ ਜਾਂਦੀ ਹੈ ਤਾਂ ਚੰਡੀਗੜ੍ਹ ਪੁਲਿਸ ਦਾ ਜਿਹੜਾ ਨਾਮ ਹੈਗਾ ਫਿਰ ਇੱਕ ਵਾਰ ਬਹੁਤ ਮਾਨ ਸਨਮਾਨ ਨਾਲ ਲਿੱਤਾ ਜਾਏਗਾ। ਔਰ ਕਿਉਂਕਿ ਇਹ ਮਾਮਲਾ ਜਿਹੜਾ ਸੀਬੀਆਈ ਨੂੰ ਟ੍ਰਾਂਸਫਰ ਹੋ ਗਿਆ ਤਾਂ ਜਿਸ ਕਰਕੇ ਲੱਗਦਾ ਹੈ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਬਹੁਤ ਜਲਦੀ ਹੋ ਜਾਏਗਾ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਸਮਿਤ ਦੇ ਨਾਲ, ਥੈਂਕਸ ਫੋਰ ਵਾਚਿੰਗ ਲਈ ਚੰਡੀਗੜ੍ਹ ਤੋਂ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।